ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਬਿੰਦਰ ਸੰਧੂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਮੇਰੀ ਵਾਈਫ ਹੈ ਜੀ, ਇੰਟਰੋਡਿਊਸ ਕਰਾ ਰਹੀ ਜੀ। ਤੇ ਅਗਲੀ ਗੱਲ ਮੈਂ ਦੱਸਣਾ ਚਾਹੁੰਦਾ ਜੀ, ਆਪਾਂ ਬਹੁਤ ਓਪਨ ਮਾਈਂਡਡ ਬੰਦੇ ਆ। ਮੇਰੀ ਵਾਈਫ ਨੂੰ ਮੇਰੇ ਬੋਸ ਦੇ ਨਾਲ ਪਿਆਰ ਹੋ ਗਿਆ, ਉਹਨਾਂ ਨੂੰ ਵੀ ਇੰਟਰੋਡਿਊਸ ਕਰਾਵਾਂਗਾ। ਆ ਦੇਖੋ ਜੀ ਸਰ ਨੇ ਇਹ ਸਤਿ ਸ਼੍ਰੀ ਅਕਾਲ। ਤੇ ਅਗਲੇ ਲਾਈਫ ਇੰਜੋਏ ਕਰ ਰਿਹਾ, ਮੈਂ ਖੁਸ਼ ਹਾਂ ਜੀ। ਆਪਾਂ ਤਿੰਨੇ ਖੁਸ਼ ਆ, ਆਪਾਂ ਕਿਉਂ ਮੱਚਣਾ? ਅਣਖ ਵਾਲੇ ਬੰਦੇ ਆ ਜੀ, ਅਣਖ ਵਾਲੇ ਬੰਦੇ, ਅਣਖੀ ਬੰਦੇ ਆ ਆਪਾਂ, ਅਣਖੀ। ਅਸੀਂ ਖੁਸ਼ ਹਾਂ, ਅਸੀਂ ਤਿੰਨੇ ਖੁਸ਼ ਹਾਂ। ਦੇਖੋ ਭਾਈ, ਤੁਸੀਂ ਕਲਯੁਗ ਦਾ ਵੀ ਅੰਤ ਆ ਗਿਆ। ਉੱਥੇ ਦੋਸਤੋ, ਇੱਕ ਮੁੰਡੇ ਨੇ ਆਪਣੇ ਘਰ ਵਾਲੇ ਨੂੰ ਆਪਣੇ ਬੌਸ ਦੇ ਨਾਲ ਪੈਸੇ ਦੀ ਖਾਤਰ ਸੈੱਟ ਕਰਵਾ ਦਿੱਤਾ। ਉੱਥੇ ਤੁਹਾਨੂੰ ਲੈ ਚੱਲਦੇ ਕੁਝ ਕੁ ਪ੍ਰਤੀਕਿਰਿਆ। ਇੱਕ ਨੇ ਲਿਖਿਆ ਕਿ ਬਾਈ ਯਾਰ, ਸ਼ਰਮ ਕਿੱਥੇ ਗਈ ਤੁਹਾਡੀ, ਇਹਨੂੰ ਤੁਸੀਂ ਅਣਖ ਕਹਿੰਦੇ ਹੋ। ਅਤੇ ਇੱਕ ਨੇ ਲਿਖਿਆ ਹੈ ਕਿ ਕੱਲ੍ਹ ਨੂੰ ਇਹਨੂੰ ਤੇਰੀ ਭੈਣ ਦੇ ਨਾਲ ਪਿਆਰ ਹੋ ਜਾਊਗਾ। ਅਤੇ ਉੱਥੇ ਇੱਕ ਹੋਰ ਨੇ ਲਿਖਿਆ ਹੈ ਕਿ ਫਿਰ ਇਹਨੂੰ ਘਰ ਵਾਲੀ ਕਿਉਂ ਕਹਿਣਾ, ਇਹਨੂੰ ਸਰਬ ਸਾਂਝੀ ਮਹੱਲੇ ਵਾਲੀ ਦਾ ਖਿਤਾਬ ਦੇਣਾ ਚਾਹੀਦਾ। ਉੱਥੇ ਇੱਕ ਨੇ ਲਿਖਿਆ ਕਿ ਸਿੱਧਾ ਕਹੇ ਤੇ ਟੈਕਸੀ ਆ। ਬਾਕੀ ਦੋਸਤੋ, ਤੁਹਾਡੇ ਸਪਤੀ ਕੀ ਵਿਚਾਰ ਨੇ ਜੋ ਇਸ ਮੁੰਡੇ ਨੇ ਗੰਦੀ ਕਰਤੂਤ ਕੀਤੀ ਆ, ਜਿਸ ਦੇ ਨਾਲ ਕਿ ਆਪਣੇ ਪੰਜਾਬੀ ਸ਼ਬਦ ਵੀ ਖਰਾਬ ਹੁੰਦੀ ਹੈ। ਤੁਹਾਡੇ ਸਪਤੀ ਕੀ ਵਿਚਾਰ ਨੇ, ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਰੱਖੋ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਆਪਣਾ ਜੁੜੇ ਹੋਏ ਦਿਨ। ਹੋਰ ਵੀਡੀਓ ਦੇਖਣੀ ਸਾਡੇ ਚੈਨਲ ਦਿਓ ਇਜਾਜ਼ਤ। ਰੱਬ ਰੱਖਾ।